ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕਮ ਪੰਜਾਬ ਵੇਲੇ ਟੀਵੀ ਕੇ ਮਾਜ਼ਜ਼ ਨਾਜ਼ਰੀਨ ਅਸੀਂ ਤੁਹਾਨੂੰ 6 ਟੀਵੀ ਆਰਫ ਵਾਲਾ ਦਿਖਾਉਂਦੇ ਹਾਂ। ਆਓ ਸਾਡੇ ਨਾਲ, ਇਸ ਵੀਡੀਓ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਤੇ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਨੂੰ ਬਰ ਵਕਤ ਮਿਲ ਸਕੇ। ਬਹੁਤ ਸ਼ੁਕਰੀਆ। ਮਾਸਟਰ ਮਾਮਾ ਯੂਸਫ ਚੌਕ 6 ਟੀਵੀ ਬਾਬਾ ਜੀ ਨਵਾਂ ਚੈਨਲ ਬਣਾ ਲਿਆ ਭਾਪੇ ਨਾਲ। ਗਵਰਨਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ 6 ਟੀਵੀ ਆਰਫ ਵਾਲਾ, ਜ਼ਿਲ੍ਹਾ ਪਾਕਪਤਨ। ਬੁਨਿਆਦੀ ਮਰਕਜ਼ ਸਿਹਤ 6 ਟੀਵੀ। ਬਿਸਮਿਲਲਾਹਿਰਰਹਿਮਾਨਿਰਰਹੀਮ। ਮੇਰਾ ਨਾਮ ਮੁਹੰਮਦ ਫਾਰੂਕ ਸ਼ਹਿਜ਼ਾਦ ਹੈ ਜੀ। ਮੈਂ ਚੈੱਕ ਨੰਬਰ 6 ਟੀਵੀ ਦਾ ਰਹਿਣ ਵਾਲਾ। ਮੇਰੇ ਨਾਲ ਮੌਜੂਦ ਨੇ ਸਾਡੇ ਉਸਤਾਦ ਔਰ ਇਸ ਚੱਕ ਦੇ ਪੁਰਾਣੇ ਵਸਨੀਕ ਮਾਸਟਰ ਮੁਹੰਮਦ ਯਾਕੂਬ ਸਾਹਿਬ, ਉਹਨਾਂ ਦੇ ਨਾਲ ਤਸ਼ਰੀਫ ਰੱਖਦੇ ਨੇ ਮਾਸਟਰ ਤਾਰਕ ਫਰਾਜ਼ ਸਾਹਿਬ, ਔਰ ਉਹਨਾਂ ਦੇ ਨਾਲ ਤਸ਼ਰੀਫ ਰੱਖਦੇ ਨੇ ਚੌਧਰੀ ਅਖਤਰ ਸਾਹਿਬ। ਅੱਜ ਅਸੀਂ ਇਸ ਪਿੰਡ ਦਾ ਹਿਸਟਰੀ ਔਰ ਤਾਰਫ ਦੇ ਬਾਰੇ ਵਿੱਚ ਕੁਝ ਗੱਲਾਂ ਬਾਤਾਂ ਕਰਾਂਗੇ ਜਨਾਬ ਚੌਧਰੀ ਮਾਸਟਰ ਮੁਹੰਮਦ ਯਾਕੂਬ ਸਾਹਿਬ ਦੇ ਨਾਲ। ਇਹਨਾਂ ਕੋਲੋਂ ਇਸ ਪਿੰਡ ਦੀ ਹਿਸਟਰੀ ਦੇ ਬਾਰੇ ਵਿੱਚ ਔਰ ਪਿੰਡ ਦੇ ਤਾਰਫ ਦੇ ਬਾਰੇ ਵਿੱਚ ਕੁਝ ਪੁੱਛਦੇ ਹਾਂ ਜੀ। ਸਰ, ਇਸ ਗਾਉਂ ਦਾ ਆਬਾਦ ਕਦੋਂ ਹੋਇਆ, ਇਸ ਗਾਉਂ ਦੀ ਤਾਰੀਖ ਦੇ ਬਾਰੇ ਵਿੱਚ ਸਾਨੂੰ ਕੁਛ ਦੱਸੋ। ਬਿਸਮਿਲਲਾਹਿਰਰਹਿਮਾਨਿਰਰਹੀਮ। ਇਹ ਚੱਕ ਆਪਣਾ ਦਰਿਆ ਬੁਰਦਾ ਸਕੀਮ ਦਾ ਚੱਕ ਹੈ। ਪਿਛਲੀ ਜ਼ਮੀਨ ਜਿਹੜੀ ਆ ਆਪਣੇ ਇਸ ਚੱਕ ਦੇ ਲੋਕ ਜਿਹੜੇ ਸੀ ਨਾ, ਇਹਨਾਂ ਦੀ ਉਹ ਦਰਿਆ ਨੇ ਆਪਣੇ ਰੋਡ ਲਈ ਸੀ, ਉਹਦੇ ਬਦਲੇ ਵਿੱਚ ਇੱਥੇ ਮੁਰੱਬੇ ਮਿਲੇ, ਅਲਾਟ ਹੋਏ ਆਪਣੇ ਛਾੜ ਦੇ ਵਿੱਚ ਸੰਨ 30 ਦੇ ਵਿੱਚ, ਅਤੇ ਤਕਰੀਬਨ 30-31 ਦੇ ਵਿੱਚ ਆਬਾਦ ਹੋਇਆ। ਹਾਂਜੀ ਜੀ, ਆਪਣੇ ਪਹਿਲੋਂ ਆ ਕੇ ਨਾ ਆਪਣੇ ਇਹ ਜਗ੍ਹਾ ਜਿਹੜੀ ਸੀ ਨਾ, ਇਹ ਸਾਰਾ ਆਪਣਾ ਚੱਕ ਜਿਹੜਾ ਸੀ ਜੰਗਲ ਸੀ। ਜੰਗਲ ਦੇ ਨਾ ਆਪਣੇ ਬੇਸ਼ੁਮਾਰ ਕਿਸਮ ਦੇ ਦਰਖਤ ਸੀਗੇ, ਆਪਣੇ ਕਰੀ ਵਾਣ, ਆਪਣਾ ਉਹ ਹੈਗਾ ਸੀ ਫਰਵਾਂ, ਕਿੱਕਰ ਵਗੈਰਾ, ਇੱਕ ਮਤਲਬ ਮੁਖਤਲਿਫ ਕਿਸਮ ਦੇ ਹੈਗੇ ਸੀ ਦਰਖਤ, ਬਹੁਤ ਜ਼ਿਆਦਾ ਦਰਖਤ ਸੀ ਅਤੇ ਇਸ ਤਰ੍ਹਾਂ ਜੁੜੇ ਹੋਏ ਸੀਗੇ ਜੰਗਲ। ਹਾਂ, ਜੰਗਲ ਸੀਗਾ ਇਹ। ਫਿਰ ਆਪਣੇ ਨਾ ਆ ਕੇ ਆਪਣੇ ਸਾਡੇ ਬਜ਼ੁਰਗਾਂ ਨੇ ਇਹਨਾਂ ਨੂੰ ਆਬਾਦ ਕੀਤਾ, ਉਹ ਦਰਖਤ ਪੱਟ ਕੇ ਸੁੱਟੇ। ਫਿਰ ਕਈ ਇੱਦਾਂ ਦੇ ਦਰਖਤ ਹੁੰਦੇ ਸੀ, ਉਹਨਾਂ ਨੂੰ ਮਤਲਬ ਹੈ ਨਾ ਉਹ ਪੱਟ ਕੇ ਅਤੇ ਜ਼ਰਾ ਥੋੜ੍ਹੇ ਬਹੁਤੇ ਸੁੱਕਦੇ ਸੀ ਨਾ, ਤਾਂ ਉਹਨੂੰ ਅੱਗ ਲਾ ਦਿੰਦੇ ਸੀਗੇ ਅਤੇ ਉਹ ਕਈ ਕਈ ਦਿਨ ਉਹ ਅੱਗ ਹੀ ਚੱਲਦੀ ਰਹਿੰਦੀ ਸੀ, ਉਹਨੂੰ ਆਪਣੇ ਉਹ ਧੁੱਖਦੀ ਰਹਿੰਦੀ ਸੀ, ਅੱਗ ਬਲਦੀ ਨਹੀਂ ਸੀ, ਧੁੱਖਦੀ ਰਹਿੰਦੀ ਸੀ, ਤਾਂ ਉਹ ਧੁੱਖਦੇ ਨਾ ਸੜਦੇ ਰਹਿੰਦੇ ਸੀਗੇ ਜੀ। ਆਪਣੇ ਇੱਥੇ ਬਰਾਦਰੀ ਤਾਂ ਇੱਕ ਹੀ ਹੈ ਆਪਣੇ ਜੱਟ ਬਰਾਦਰੀ, ਅੱਗੇ ਗੋਤਾਂ ਹੈਗੀਆਂ ਅਕਸਰੀਅਤ ਵਿੱਚ। ਕਿਹੜੇ ਲੋਕ? ਹਾਂ, ਆਪਣੇ ਉੱਪਲ ਹੈਗੇ ਆ, ਆਪਣੇ ਜੱਟਾਂ ਦੀ ਗੋਤਾਂ ਜਿਹੜੀਆਂ ਵਾ, ਉੱਪਲ ਹੈ,
ਢਿੱਲੋਂ ਆ, ਮਗਰਾ, ਧਾਵਲੇ, ਇਸ ਇਹ ਆਪਣੇ ਜ਼ਿਆਦਾ ਹੈਗੇ ਕਿੱਕ ਆ। ਹਾਂ, ਜ਼ਿਆਦਾ ਇਹ ਚੱਕ ਜਿਹੜਾ ਸੀ ਨਾ ਆਪਣੇ ਆ ਲੋਕਲ ਜਿਹੜੇ ਸੀ ਨਾ ਉਹ ਉਹਨਾਂ ਨੂੰ ਕਿੱਕਾਂ ਵਾਲਾ ਕਹਿੰਦੇ ਸੀ, ਆਪਣੇ ਵੀ ਇਹ ਕਿੱਕਾਂ ਵਾਲਾ ਚੱਕ ਆ, ਇਹਦਾ ਨਾਂ ਹੀ ਕਿੱਕਾਂ ਵਾਲਾ ਪਾਇਆ ਹੋਇਆ ਸੀ। ਇਹ ਆਪਣੇ ਇੰਡੀਆ 'ਚੋਂ ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜ਼ੀਰਾ, ਅਤੇ ਚੱਕ ਸਾਡਾ ਹੈਗਾ ਸੀਗਾ ਪਿਪਲੀ, ਦੂਸਰੇ ਕੁਛ ਪਿਪਲੀ। ਅਤੇ ਆਪਣੇ ਨਾ ਇਹ ਚੱਕ ਦੇ ਵਿੱਚ ਤਿੰਨਾਂ ਚੱਕਾਂ ਦੇ ਲੋਕ ਆ, ਛੋਟੇ ਛੋਟੇ ਚੱਕ ਸੀ ਪਿੱਛੇ, ਉਹਨਾਂ ਦੇ ਤਿੰਨਾਂ ਚੱਕਾਂ ਦੇ ਲੋਕ ਆ। ਇਹ ਪਿਪਲੀ ਸੀ, ਸਮੈਲਪੁਰ, ਪਰਲੀ ਵਾਲਾ, ਹਾਂ, ਤਿੰਨਾਂ ਚੱਕਾਂ ਦੇ ਲੋਕ ਇੱਥੇ ਆ ਕੇ ਆਬਾਦ ਹੋਏ। ਅਤੇ ਆਪਣੇ ਇਹ ਤਕਰੀਬਨ ਕਈ ਤਾਂ ਕਿਸੇ ਨੂੰ ਤਾਂ ਇੱਕ ਭਾਈ ਨੂੰ ਇੱਕ ਮੁਰੱਬਾ ਮਿਲਿਆ, ਬਾਕੀ ਕਈ ਜਿਹੜੇ ਹੈਗੇ ਆ ਉਹਨਾਂ ਨੂੰ ਦੋ ਭਾਈਆਂ ਨੂੰ ਇੱਕ ਮੁਰੱਬਾ ਮਿਲਿਆ। ਚੱਕ ਦਾ ਕੁੱਲ ਰਕਬਾ ਕਿਤਨਾ? 40 ਮੁਰੱਬੇ, 40 ਮੁਰੱਬੇ, 40 ਨੰਬਰ, ਨੰਬਰ 52 ਰਕਬਾ, 40 ਮੁਰੱਬੇ ਆ। ਇਹਦਾ ਮੁਹੱਲੇ ਵਕੂ ਕੀ ਇਹਦੇ ਸੱਜੇ ਖੱਬੇ ਕਿਹੜੇ ਪਿੰਡ ਆਬਾਦ ਨੇ? ਆਪਣੇ ਇੱਧਰ ਸ਼ਮਾਲ ਵਾਲੇ ਪਾਸੇ ਹੈਗਾ ਵਾ 68 ਈਬੀ, ਜਨੂਬ ਵਾਲੇ ਪਾਸੇ 76 ਈਬੀ, ਮਸ਼ਰਕ ਵਾਲੇ ਪਾਸੇ ਹੈਗਾ 64 ਈਬੀ, ਅਤੇ ਇੱਧਰ ਮਗਰਬ ਵਾਲੇ ਪਾਸੇ ਜਿਹੜਾ ਹੈਗਾ ਉਹ 86 ਈਬੀ ਅਤੇ 70 ਈਬੀ, 70 ਈਬੀ 86 ਈਬੀ। ਅਤੇ ਇਹ ਕਿਹੜੇ ਤਹਿਸੀਲ ਜ਼ਿਲ੍ਹਾ ਦਾ ਹਿੱਸਾ ਹੈਗਾ? ਇਹ ਆਪਣੇ ਪਹਿਲੋਂ ਤਾਂ ਇਹ ਜ਼ਿਲ੍ਹਾ ਸਾਹੀਵਾਲ ਸੀਗਾ ਸਾਲਾ, ਬਲਕਿ ਇਹਨੂੰ ਪਹਿਲੋਂ ਨਾ ਜ਼ਿਲ੍ਹੇ ਦਾ ਨਾਮ ਮਿੰਟੂ ਗੁਮਰੀ ਸੀਗਾ, ਮਿੰਟੂ ਗੁਮਰੀ। ਹਾਂ, ਫਿਰ ਆਪਣੇ ਬਾਅਦ ਦੇ ਵਿੱਚ ਸਾਹੀਵਾਲ ਦੇ ਬਾਅਦ 'ਚ ਨਾਂ ਰੱਖਿਆ ਆਪਣੇ ਇਹਦਾ ਜ਼ਿਲ੍ਹੇ ਦਾ। ਇਹ 66 ਚੱਕ ਜਿਹੜਾ ਨਾ ਇਹ ਜ਼ਿਲ੍ਹਾ ਆਪਣੇ ਹੈਗਾ ਸੀਗਾ ਆਪਣੇ ਸਾਹੀਵਾਲ ਵਿੱਚ, ਤਹਿਸੀਲ ਪਾਕਪਤਨ। ਪਾਕਪਤਨ ਤਹਿਸੀਲ ਬਹੁਤ ਵੱਡੀ ਸੀਗੀ, ਉਹੀ ਉਹ ਜਿਹੜੀ ਤਹਿਸੀਲ ਸੀ ਨਾ ਉਹਦੇ ਵਿੱਚੋਂ ਵੀ ਕੁਛ ਚੱਕ ਜਿਹੜੇ ਉਹ ਕੱਟ ਕੇ ਆ ਆਪਣੇ ਜ਼ਿਲ੍ਹਾ ਵਿਹਾੜੀ ਨਾਲ ਲੱਗ ਗਏ, ਜਿਸ ਤਰ੍ਹਾਂ ਥਾਣਾ ਗੱਗੋ ਸੀ, ਪਰਾਂ ਆਪਣੇ ਹੈਗਾ ਅਹਿਮਦੀਆ ਤਾਂ ਇੱਧਰ ਹੀ ਹੈ, ਆਪਣੇ ਸਾਊਕਾ, ਇਹ ਜਿਹੜੇ ਨਾ ਉਹ ਦੀਵਾਨ ਸਾਹਿਬ ਤੱਕ ਦੇ ਸਾਰੇ ਅਤੇ ਸ਼ੇਖ ਫਾਜ਼ਲ, ਇਹ ਸਾਰੇ ਆਪਣੇ ਨਾ ਇਹਦੇ ਨਾਲ ਲੱਗ ਗਏ ਆਪਣੇ ਵਿਹਾੜੀ ਨਾਲ। ਬਾਕੀ ਇਹ ਰਹਿ ਗਿਆ ਆਪਣਾ ਪਾਕਪਤਨ। ਇਹ ਫਿਰ ਬਾਅਦ ਦੇ ਵਿੱਚ ਨਵਾਜ਼ ਸ਼ਰੀਫ ਨੇ ਨਾ ਆਪਣੇ ਇਹਨੂੰ ਜ਼ਿਲ੍ਹੇ ਬਣਾ ਦਿੱਤਾ ਪਾਕਪਤਨ ਨੂੰ। ਆਪਣੇ ਇਹ ਸਨ 94 'ਚ ਬਣਿਆ ਵਾ, ਅਤੇ ਉਹ ਆਪਣੇ ਇਹ ਫਿਰ ਜ਼ਿਲ੍ਹਾ ਬਣ ਗਿਆ। ਅਤੇ ਉਸ ਜਿਹੜੀ ਤਹਿਸੀਲ ਬਾਕੀ ਰਹਿ ਗਈ ਸੀ ਨਾ ਉਹਦਾ ਹੀ ਜ਼ਿਲ੍ਹਾ ਬਣਾ ਦਿੱਤਾ, ਉਨਾ ਹੀ ਛੋਟਾ ਹੀ। ਫਿਰ ਇਹਦੇ ਵਿੱਚ ਦੋ ਤਹਿਸੀਲਾਂ ਬਣ ਗਈਆਂ, ਤਹਿਸੀਲ ਪਾਕਪਤਨ ਤਾਂ ਪਹਿਲਾਂ ਹੈ ਹੀ ਸੀ ਤਹਿਸੀਲ, ਫਿਰ ਆਰ ਵਾਲਾ ਸਬ ਡਿਵੀਜ਼ਨ ਸੀਗੀ ਆਪਣੀ, ਸਬ ਤਹਿਸੀਲ ਸੀ, ਫਿਰ ਬਾਅਦ ਇਸ ਤਹਿਸੀਲ ਨੂੰ ਬਣਾ ਦਿੱਤਾ ਨੰਬਰਦਾਰ 2। ਆਬਾਦੀ ਕਿਤਨੀ ਹੈਗੀ ਅੰਦਾਜ਼ਨ ਕੋਈ ਟੋਟਲ? ਆਬਾਦੀ ਮੇਰਾ ਖਿਆਲ 6-7 ਹਜ਼ਾਰ ਆਬਾਦੀ, ਰਜਿਸਟਰਡ ਵੋਟ 1700 ਹੈ, ਪਿਛਲੇ ਇੱਥੇ ਲੋਕਾਂ ਦਾ ਜ਼ਿਆਦਾਤਰ ਢਿੱਲੋਂ ਸਦਰ ਚੀਤਾ ਗਰੁੱਪ ਵਾਲਾ। ਸਲਾਮੁਅਲੈਕੁਮ ਜੀ, ਸ਼ਾਹ ਟੀਵੀ ਦਾ ਮੇਨ ਚੌਕ ਸ਼ਾਮ ਦਾ ਚੌਂਕ।
ਯਾਰ ਸਾਡ ਨੂੰ ਚੱਲ 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 ਰਾਜਾ ਉਸਮਾਨ ਇੰਡੀਆ 'ਚ ਇਸ ਟਾਈਮ ਅਸੀਂ ਮੌਜੂਦ ਹਾਂ ਗੌਰਮੈਂਟ ਹਾਈ ਸਕੂਲ ਛਾ ਟੀ ਬੀ ਦੇ ਪਲੇਗਰਾਊਂਡ ਵਿੱਚ। ਇਹ ਪਲੇਗਰਾਊਂਡ ਦੇ ਬਾਰੇ ਵਿੱਚ ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਇਹ ਪਲੇਗਰਾਊਂਡ ਡਿਸਟ੍ਰਿਕਟ ਸਾਹਿਵਾਲ ਨਹੀਂ ਬਲਕਿ ਡਿਵੀਜ਼ਨ ਸਾਹਿਵਾਲ ਦਾ ਸਭ ਤੋਂ ਬੜਾ ਪਲੇਗਰਾਊਂਡ ਹੈ ਔਰ ਇਸ ਸਕੂਲ ਨੂੰ ਵੀ ਇਜ਼ਾਜ਼ ਹਾਸਿਲ ਹੈ ਕਿ ਰਕਬੇ ਦੇ ਇਤਬਾਰ ਨਾਲ ਡਿਸਟ੍ਰਿਕਟ ਪਾਕਪਤਨ ਵਿੱਚ ਸਭ ਤੋਂ ਬੜਾ ਸਕੂਲ ਹੈ। ਚੱਕ ਦੇ ਵਿੱਚ ਸਾਡੇ ਇੱਕ ਸਾਥੀ ਸੀ ਫੌਤ ਹੋ ਗਏ ਨੇ, ਉਹਨਾਂ ਦੀ ਯਾਦ ਦੇ ਵਿੱਚ ਇੱਕ ਸ਼ੂਟਿੰਗ ਵਾਲੀਬਾਲ ਟੂਰਨਾਮੈਂਟ ਮੁਨਕਦ ਕੀਤਾ ਗਿਆ ਹੈ ਜਿਹਦੇ ਥੋੜ੍ਹੀ ਦੇਰ ਤੱਕ ਮੈਚ ਸ਼ੁਰੂ ਹੋਣ ਵਾਲਾ। ਇਹਦੇ ਵਿੱਚ ਫਸਟ ਪ੍ਰਾਈਜ਼ 50,000 ਔਰ ਸੈਕਿੰਡ ਪ੍ਰਾਈਜ਼ 25,000। ਇਹ ਸਿਰਫ ਸ਼ੋਅ ਮੈਚ ਹੋਏਗਾ ਜਿਹਦੇ ਵਿੱਚ ਮੁਖਤਲਿਫ ਇਲਾਕਿਆਂ ਦੇ ਟੌਪ ਦੇ ਖਿਲਾੜੀ ਵਾਲੀਬਾਲ ਦੇ ਸ਼ਾਮਿਲ ਨੇ। ਓਪਨ ਹੈ ਇਹਦੇ ਵਿੱਚ, ਇਹ ਨਹੀਂ ਕਿ ਕੋਈ ਮਖਸੂਸ ਟੀਮ ਨਹੀਂ ਹੈਗੀ। ਪੰਜਾਬ ਓਪਨ, ਹਾਂਜੀ ਆਲ ਪੰਜਾਬ ਓਪਨ ਹੈ, ਸ਼ੋਅ ਮੈਚ ਹੈ। ਔਰ ਇੱਕ ਦੋਸਤ ਫੌਤ ਹੋਏ ਨੇ, ਨਾਮ ਕੀ, ਸਰਵਰ ਜੱਸੜ ਸਾਹਿਬ, ਉਹਨਾਂ ਦੀ ਯਾਦ ਦੇ ਵਿੱਚ ਮੁਨਕਦ ਕੀਤਾ ਗਿਆ ਹੈ। ਇਹ ਸਟੇਜ 'ਤੇ ਇਸ ਟਾਈਮ ਔਰਗਨਾਈਜ਼ਰ ਮੌਜੂਦ ਨੇ ਅਫਜ਼ਾਲ ਸਾਹਿਬ। ਇਹਨਾਂ ਨੂੰ ਇਹ ਇਜਾਜ਼ ਵੀ ਹਾਸਿਲ ਹੈ ਕਿ ਨੈਸ਼ਨਲ ਬੇਸਬਾਲ ਟੀਮ ਦੇ ਰੁਕਨ ਨੇ ਔਰ ਪਾਕਿਸਤਾਨ ਤੋਂ ਬਾਹਰ ਵੀ ਮੈਚ ਖੇਡਣ ਦਾ ਇਹਨਾਂ ਨੂੰ ਇਜਾਜ਼ ਹਾਸਿਲ ਹੈ। ਨਾਲ ਇਹਨਾਂ ਦੇ ਅਤਰ ਰਹਿਮਾਨ ਸਾਹਿਬ ਨੇ ਬਸਿਲਸਿਲਾ ਤਾਲੀਮ ਤੁਰਕੀ ਵਿੱਚ ਹੁੰਦੇ ਨੇ, ਅੱਜ ਕੱਲ੍ਹ ਛੁੱਟੀ 'ਤੇ ਗਾਰ ਆਏ ਨੇ। ਔਰ ਇਹਨਾਂ ਦੇ ਨਾਲ ਤੁਹਾਡਾ ਨਾਮ ਅਬੂ ਸੁਫੀਆਨ ਸਾਹਿਬ ਮੌਜੂਦ ਨੇ, ਤਾਰਿਕ ਸਾਹਿਬ, ਅਖਤਰ ਸਾਹਿਬ ਔਰ ਗੁਲਾਮ ਨਬੀ ਸਾਹਿਬ, ਬਲਾਵਲ ਸਾਹਿਬ ਔਰ ਅਮਰ। ਇਹ ਟੂਰਨਾਮੈਂਟ ਦੇ ਆਰਗਨਾਈਜ਼ਰ ਔਰ ਇੰਤਜ਼ਾਮੀਆਂ ਨੇ।